ਬਠਿੰਡਾ ਨਗਰ ਨਿਗਮ ਕੋਰੋਨਾ ਵਾਇਰਸ ਨੂੰ ਲੈ ਕੇ ਕਾਫੀ ਚੌਕਸ ਹੋ ਚੁੱਕਾ ਹੈ। ਕਮਿਸ਼ਨਰ ਨਗਰ ਨਿਗਮ ਵੱਲੋਂ ਹਰ ਚੀਜ਼ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ, ਆਪਣੇ ਅਫਿਸਰਾਂ ਨਾਲ ਵਾਰ-ਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ 70,000 ਪੈਂਫਲੇਟ, 2,000 ਪੋਸਟਰ ਅਸੀਂ ਲੋਕਾਂ ਨੂੰ ਅਵੇਅਰ ਕਰਨ ਲਈ ਘਰੋ ਘਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਲੋਕਾਂ ਨੂੰ ਡੋਰ ਟੂ ਡੋਰ ਵੀ ਕੋਰੋਨਾ ਬਾਰੇ ਜਾਣਕਾਰੀ ਦੇ ਰਹੇ ਹਾਂ। ਸਾਡਾ ਆਫਿਸ ਵਿੱਚ ਵੀ ਕਾਫੀ ਲੋਕਾਂ ਦਾ ਆਉਣਾ ਜਾਣਾ ਹੈ, ਇਸ ਲਈ ਇਸ ਦੀ ਵੀ ਸੈਨੀਟੇਸ਼ਨ ਵਾਰ ਵਾਰ ਕਰ ਰਹੇ ਹਾਂ ਅਤੇ ਹਰ ਆਉਣ ਜਾਣ ਵਾਲੇ ਦੇ ਹੱਥ ਸੈਨੀਟੇਸ਼ਨ ਕੀਤੇ ਜਾ ਰਹੇ ਹਨ ਤਾਂ ਜੋ ਇਸ ਨਾਮਰਦ ਬਿਮਾਰੀ ਤੋਂ ਬਚਿਆ ਜਾ ਸਕੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਤੋਂ ਡਰਨ ਦੀ ਬਜਾਏ ਜਾਣਕਾਰੀ ਹਾਸਲ ਕਰਨ ਅਤੇ ਅਵੇਅਰ ਹੋ ਕੇ ਲੋਕਾਂ ਨੂੰ ਵੀ ਅੱਗੇ ਜਾਣਕਾਰੀ ਦੇਣ। ਕੋਰੋਨਾ ਵਾਇਰਸ ਨੂੰ ਲੈ ਕੇ ਜੋ ਸਰਕਾਰ ਦੀਆਂ ਐਡਵਾਈਜ਼ਰੀਜ਼ ਆ ਰਹੀਆਂ ਨੇ ਜੀ ਸਮੇਂ-ਸਮੇਂ ਤੇ, ਉਹ ਸਾਰੀਆਂ ਦਾ ਮੁਕੰਮਲ ਤੌਰ ਤੇ ਉਹਨਾਂ ਨੂੰ ਫੋਲੋ ਕੀਤਾ ਜਾ ਰਿਹਾ ਹੈ। ਉਸ ਤੋਂ ਇਲਾਵਾ ਸਾਡੇ ਕਾਰਪੋਰੇਸ਼ਨ ਵੱਲੋਂ ਅਸੀਂ ਤਕਰੀਬਨ 70,000 ਦੇ ਕਰੀਬ ਪੈਂਫਲੇਟ, 2,000 ਪੋਸਟਰਸ ਤੇ ਅਬਾਊਟ 60-70,000 ਸਾਡੀਆਂ ਜਿਹੜੀਆਂ ਫਲੈਕਸ ਨੇ ਉਹਨਾਂ ਦੇ ਰਾਹੀਂ ਅਸੀਂ ਇਹ ਮੈਸੇਜ ਘਰੋ ਘਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਜਿਹੜੇ CFs ਨੇ, ਕਮਿਊਨਿਟੀ ਫੈਸਿਲੀਟੇਟਰਸ ਤੇ ਮੋਟੀਵੇਟਰਸ, ਉਹਨਾਂ ਰਾਹੀਂ ਡੋਰ ਟੂ ਡੋਰ ਕਰੋਨਾ ਵਾਇਰਸ ਦੀ ਜਾਣਕਾਰੀ, ਪਲੱਸ ਜਿਹੜੇ ਅਸੀਂ ਮੈਂ ਜਿਵੇਂ ਦੱਸਿਆ ਵੀ ਪੈਂਫਲੇਟਸ, ਉਹ ਵੰਡੇ ਜਾ ਰਹੇ ਨੇ ਆਂਗਨਵਾੜੀ ਵਰਕਰਸ ਅਤੇ DC ਦਫ਼ਤਰ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਹੈਲਪ ਦੇ ਨਾਲ। ਇਸ ਤੋਂ ਇਲਾਵਾ ਜਿਹੜਾ ਆਫਿਸ ਹੈ, ਆਫਿਸ ਦੀ ਵੀ ਕਿਉਂਕਿ ਇਹ ਪਬਲਿਕ ਡੀਲਿੰਗ ਦਾ ਆਫਿਸ ਹੈ, ਇੱਥੇ ਇਹਦੀ ਸੈਨੀਟਾਈਜੇਸ਼ਨ ਹਰ ਰੋਜ਼ ਸ਼ਾਮ ਨੂੰ ਅਤੇ ਸਵੇਰੇ ਸੈਨੀਟਾਈਜ਼ ਕੀਤਾ ਜਾਂਦਾ, ਜਿਵੇਂ ਕਿ ਤੁਸੀਂ ਦੇਖਿਆ ਹੋਣਾ ਹੁਣ ਥੱਲੇ ਤੋਂ ਜਦੋਂ ਤੂੰ ਉੱਤੇ ਆਏ ਹੋ ਕਿ ਜਿੰਨੇ ਵੀ ਇੱਥੇ ਵਿਜ਼ਟਰਸ ਜਾਂ ਜਿੰਨੀ ਵੀ ਪਬਲਿਕ ਇੱਥੇ ਆ ਰਹੀ ਹੈ, ਉਹਨਾਂ ਕੋਸ਼ਿਸ਼ ਹੈ ਸਾਡੀ ਕਿ ਵੀ ਉਹਨਾਂ ਨੂੰ ਸੈਨੀਟਾਈਜੇਸ਼ਨ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਸੈਨੀਟਾਈਜ਼ ਵੀ ਕੀਤਾ ਜਾਵੇ ਖੁਦ। ਇਸ ਤੋਂ ਇਲਾਵਾ ਜਿਹੜੇ ਸਾਡੇ CMO ਆਫਿਸ ਹੈਲਥ ਵਿਭਾਗ ਦੇ ਨਾਲ ਮੇਲਜੋਲ ਕਰਕੇ, ਤਾਲਮੇਲ ਕਰਕੇ ਉਹਨਾਂ ਅਸੀਂ ਇੱਕ ਇਸ ਦੀ ਆਡੀਓ ਫਾਈਲ ਵੀ ਬਣਾਈ ਹੈ, ਜਿਹੜਾ ਇੱਕ ਆਡੀਓ ਮੈਸੇਜ ਹੈ ਜਿਹੜਾ ਸਾਡੇ 46 ਟਿੱਪਰ ਨੇ ਉਹਨਾਂ ਦੇ ਰਾਹੀਂ ਹਰ ਰੋਜ਼ ਸਵੇਰੇ ਅਤੇ ਸ਼ਾਮ ਉਹਨਾਂ 'ਤੇ ਅਨਾਊਂਸ ਕੀਤਾ ਜਾਂਦਾ ਤਾਂ ਕਿ ਘਰੋ ਘਰ ਹੀ ਇਸ ਦੇ ਸੰਬੰਧੀ ਮੈਸੇਜ ਪਹੁੰਚ ਸਕੇ। ਸਾਰੇ ਹੀ ਸਟਾਫ ਨੂੰ, ਜਿਹੜਾ ਸੈਨੀਟੇਸ਼ਨ ਸਟਾਫ ਹੈ ਸਾਡੇ ਆਪਣੇ ਹੈਲਥ ਡਿਪਾਰਟਮੈਂਟ ਦਾ ਜਿਹੜਾ ਸਟਾਫ ਹੈ, ਉਹਨਾਂ ਨੂੰ ਗਲਵਸ ਅਤੇ ਮਾਸਕਸ ਮੁਹੱਈਆ ਕਰਾਏ ਗਏ ਨੇ ਅਤੇ ਅਸੀਂ ਹੋਰ ਵੀ ਤਕਰੀਬਨ 20,000 ਦੇ ਕਰੀਬ ਹੋਰ ਮਾਸਕਸ ਅਸੀਂ ਔਡਰ ਕੀਤੇ ਹੈ ਅਤੇ ਗਲਵਸ ਔਡਰ ਕੀਤੇ ਨੇ। ਸਰਕਾਰ ਦੀਆਂ ਹਦਾਇਤਾਂ ਆਈਆਂ ਨੇ, ਥੋੜ੍ਹੀ ਜਿਹੀਆਂ ਹੋਰ ਹਦਾਇਤਾਂ, ਇਹ ਪਬਲਿਕ ਟਰਾਂਸਪੋਰਟ ਵੀ ਬੰਦ ਕਰ ਦਿੱਤੀ ਗਈ ਹੈ, ਗੈਦਰਿੰਗ 20 ਤੱਕ ਕਰ ਦਿੱਤੀ ਗਈ ਹੈ, ਇਸ ਸੰਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਬਠਿੰਡਾ ਸਰਕਾਰੀ ਮੀਡੀਆ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।